ਖਡੂਰ ਸਾਹਿਬ ਦੀ ਗੱਲ ਕਰੀਏ, ਇਸ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਜਿੱਥੇ ਕਿ ਸੁਖਪਾਲ ਸਿੰਘ ਖਹਿਰਾ ਨੇ ਬੜਾ ਵੱਡਾ ਜ਼ੋਰ ਲਾਇਆ ਸੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ। ਦੇਸ਼ ਵਿਦੇਸ਼ ਦੇ ਲੋਕਾਂ ਨੇ ਕਾਫੀ ਹਾਮੀ ਭਰੀ, ਟਕਸਾਲੀਆਂ ਨੇ ਵੀ ਆਪਣੇ ਪੇਪਰ ਪਿੱਛੇ ਲੈ ਲਏ, ਪੰਥਕ ਜਿਹੜੇ ਮੋਹਕਮ ਸਿੰਘ ਜੀ ਆ ਉਹਨਾਂ ਨੇ ਇਲੈਕਸ਼ਨ ਲੜਨੀ ਸੀ, ਉਹਨਾਂ ਨੇ ਵੀ ਆਪਣੇ ਪੇਪਰ ਪਿੱਛੇ ਲੈ ਲਏ। ਇਸ ਚੀਜ਼ ਦਾ ਸਿੱਧੋ ਸਿੱਧਾ ਫਾਇਦਾ ਜਿਹੜਾ ਪਰਮਜੀਤ ਕੌਰ ਖਾਲੜਾ ਨੂੰ ਮਿਲ ਰਿਹਾ ਸੀ, ਉਹਨਾਂ ਦੀ ਜਿੰਨੀ ਵੀ ਵੋਟ ਸੀਗੀ ਉਹ ਸਮਰਪਿਤ ਹੋ ਗਈ ਪਰਮਜੀਤ ਖਾਲੜਾ ਦੇ ਹੱਕ ਵਿੱਚ, ਇਹ ਵੋਟ ਭੁਗਤੀ ਆ। ਪਰ ਸਾਰਿਆਂ ਦੇ ਇੱਕਜੁੱਟ ਹੋਣ ਦੇ ਨਾਲ ਵੀ, ਭਾਵੇਂ ਟਕਸਾਲੀ ਸਨ, ਉਸ ਦੇ ਬਾਵਜੂਦ ਵੀ ਇਹ ਪੰਥਕ ਹਲਕਾ ਮੰਨਿਆ ਜਾਂਦਾ ਸੀ ਬੀਬੀ ਜਗੀਰ ਕੌਰ ਨੂੰ ਵੀ। ਪਰ ਹੈਰਾਨੀਜਨਕ ਇਹ ਗੱਲ ਹੈ ਜੋ ਜਸਵੀਰ ਸਿੰਘ ਡਿੰਪ ਆਇਆ, ਕਾਂਗਰਸ ਦੇ ਕੈਂਡੀਡੇਟ ਆ, ਇੱਥੋਂ ਪਹਿਲਾਂ ਐਮ ਐਲ ਏ ਇਲੈਕਸ਼ਨ ਹਾਰੇ ਸਨ, ਇਹ ਜਸਵੀਰ ਸਿੰਘ ਡਿੰਪਾ ਪਹਿਲੇ ਨੰਬਰ 'ਤੇ ਦਿਖਾਈ ਦੇ ਰਹੇ ਆ, ਬੀਬੀ ਜਗੀਰ ਕੌਰ ਦੂਸਰੇ ਨੰਬਰ 'ਤੇ ਦਿਖਾਈ ਦੇ ਰਹੇ ਆ ਜਿਹੜਾ ਪੰਥਕ ਹਲਕੇ ਦੀ ਆਪਾਂ ਗੱਲ ਕਰ ਰਹੇ ਹਾਂ। ਬੀਬੀ ਪਰਮਜੀਤ ਕੌਰ ਖਾਲੜਾ ਜਿਹੜਾ ਕਿ ਤੀਜੇ ਨੰਬਰ 'ਤੇ ਦਿਖਾਈ ਦੇ ਰਹੇ ਆ, ਮਨਜਿੰਦਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਤੋਂ ਚੌਥੇ ਨੰਬਰ 'ਤੇ ਦਿਖਾਈ ਦੇ ਰਹੇ ਆ। ਪਰਮਜੀਤ ਕੌਰ ਖਾਲੜਾ ਉਹਨਾਂ ਨੇ ਕਾਫੀ ਪ੍ਰਚਾਰ ਕੀਤਾ, ਸੁਖਪਾਲ ਖਹਿਰਾ ਨੇ ਵੀ ਜਾ ਕੇ ਵੋਟਾਂ ਮੰਗੀਆਂ, ਉਹਨਾਂ ਦੀ ਮਿਹਨਤ ਇੱਥੇ ਰੰਗ ਲਿਆਉਂਦੀ ਨਹੀਂ ਦਿਖਾਈ ਦੇ ਰਹੀ, ਜਦਕਿ ਉਹ ਤੀਜੇ ਨੰਬਰ 'ਤੇ ਦਿਖਾਈ ਦੇ ਰਹੇ ਆ।